ਜੈ ਗੁਰਦੇਵ। ਧੰਨ ਗੁਰਦੇਵ। ਅੰਬੇਦਕਰ ਮਿਸ਼ਨ ਚੈਨਲ ਨਿਊਜ਼ ਵੱਲੋਂ ਅੱਜ ਜੋ ਇਹ ਤੁਸੀਂ ਰੋਸ ਪ੍ਰਦਰਸ਼ਨ ਦੇਖ ਰਹੇ ਹੋ, ਇਹ ਜ਼ਿਲ੍ਹਾ ਲੁਧਿਆਣਾ ਕਚਹਿਰੀਆਂ ਦੇ ਸਾਹਮਣੇ ਦਲਿਤ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦਾ ਮੇਨ ਕਾਰਨ ਧੰਨ ਧੰਨ ਸਾਹਿਬ ਜਗਤ ਪਿਤਾਮਾ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਦੇ ਸੰਬੰਧੀ 3 ਫਰਵਰੀ ਨੂੰ ਮੁੱਲਾਪੁਰ ਵਿਖੇ ਧੰਨ ਧੰਨ ਸਾਹਿਬ ਜਗਤ ਪਿਤਾਮਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਸਮਾਗਮ ਰੱਖਿਆ ਗਿਆ ਸੀ ਅਤੇ ਉਸਦੇ ਸੰਬੰਧ ਦੇ ਵਿੱਚ ਕਚਹਿਰੀਆਂ ਦੇ ਸਾਹਮਣੇ ਪੋਸਟਰ ਲਗਾਇਆ ਗਿਆ ਸੀ। ਸੋ ਉਸ ਨੂੰ ਸ਼ਰਾਰਤੀ ਅਨਸਰ ਸਨੀ ਗੰਭੀਰ ਵੱਲੋਂ, ਜੋ ਕਿ ਕਾਂਗਰਸੀ ਲੀਡਰ ਹੈ, ਉਹਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਪੋਸਟਰ ਫੜ ਕੇ ਬੇਦ ਵੀ ਕੀਤੀ ਅਤੇ ਆਪਣੇ ਪੋਸਟਰ ਲਗਾ ਦਿੱਤੇ। ਸੋ ਇਸ ਸੰਬੰਧ ਵਿੱਚ ਦਲਿਤ ਭਾਈਚਾਰੇ ਜੀ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਕਚਹਿਰੀਆਂ ਨੂੰ ਮੂਹਰੇ ਧਰਨਾ ਦਿੱਤਾ ਗਿਆ। ਰਵਿਦਾਸ ਮਹਾਰਾਜ ਕੀ ਜੈ, ਬੋਲੇ ਸਤਿਗੁਰੂ ਭਾਈ, ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਉਹ ਸਾਥੀਓ, ਅੱਜ ਸਾਨੂੰ ਇੱਥੇ ਬੈਠਣ ਦਾ ਮੌਕਾ ਕਿਉਂ ਦਿੱਤਾ ਗਿਆ? ਕਿਉਂਕਿ ਉਹ ਲੋਕ ਜੋ ਸਾਡੇ ਸਮਾਜ ਦੇ ਵਿਰੋਧੀ ਨੇ, ਉਹ ਇਹ ਨਹੀਂ ਦੇਖਦੇ ਕਿ ਸਾਡਾ ਸਮਾਜ ਇਕੱਠਾ ਹੋਵੇ, ਇਕੱਠਾ ਹੋ ਕੇ ਆਪਣੇ ਹੱਕ ਦੀ ਗੱਲ ਕਰਨੀ ਚਾਹੇ, ਹੱਕ ਦੀ ਗੱਲ ਕਰਨ ਲੱਗੇ ਨੇ। ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜੋ 642ਵਾਂ ਪ੍ਰਕਾਸ਼ ਉਤਸਵ ਆਪਾਂ ਮਨਾਉਣ ਜਾ ਰਹੇ ਸੀ, ਪਰ ਪੋਸਟਰ ਲਗਾ